ਪਾਕ ਆਰਮੀ ਦਾ ਪਹਿਲਾ ਨਿਸ਼ਾਨਾ ਸੀ ਕਿ ਸਤਲੁਜ ਤੇ ਬਿਆਸ ਦੇ ਸੰਗਮ ਹਰੀਕੇ ਤੇ ਕਬਜ਼ਾ ਕਰਕੇ ਉੱਥੋਂ ਦਾ ਪੁਲ ਉਡਾ ਦਿੱਤਾ ਜਾਵੇ ਤਾਂ ਜੋ ਇਸ ਸਾਰੇ ਇਲਾਕੇ ਦਾ ਸੰਪਰਕ ਭਾਰਤ ਨਾਲ ਟੁੱਟ ਜਾਵੇ ਜਦੋਂ ਇਸ ਸਾਰੀ ਗੱਲ ਦੀ ਖਬਰ ਆਰਮੀ ਚੀਫ ਮਿਸਟਰ ਚੌਧਰੀ ਨੂੰ ਲੱਗੀ ਤਾਂ ਉਹਨਾਂ ਸਰਦਾਰ ਹਰਬਖਸ਼ ਸਿੰਘ ਨੂੰ ਫੋਨ ਕਰਕੇ ਆਰਡਰ ਦਿੱਤਾ ਕਿ ਅਸੀਂ ਪਹਿਲੇ ਮੋਰਚਿਆਂ ਤੇ ਪਾਕਿਸਤਾਨ ਤੋਂ ਹਾਰ ਚੁੱਕੇ ਹਾਂ ਇਹ ਸਾਰਾ ਇਲਾਕਾ ਜਿੱਤਣ ਤੋਂ ਹੁਣ ਪਾਕਿਸਤਾਨ ਨੂੰ ਕੋਈ ਨਹੀਂ ਰੋਕ ਸਕਦਾ ਸੋ ਤੁਸੀਂ ਆਪਣੀ ਸਾਰੀ ਫੌਜ ਤੇ ਲਾਮ ਲਸ਼ਕਰ ਲੈ ਕੇ ਬਿਆਸ ਦਰਿਆ ਤੱਕ ਪਿੱਛੇ ਹਟ ਜਾਓ ਤੇ ਬਿਆਸ ਦਰਿਆ ਤੇ ਆ ਕੇ ਆਪਣੀ ਸੈਕਿੰਡ ਡਿਫੈਂਸ ਲਾਈਨ ਤਿਆਰ ਕਰੋ ਤਾਂ ਕਿ ਘੱਟੋ ਘੱਟ ਇਹ ਇਲਾਕਾ ਤਾਂ ਬਚਾ ਲਿਆ ਜਾਵੇ ਸਰਦਾਰ ਹਰਬਖਸ਼ ਸਿੰਘ ਆਪਣੀ ਕਿਤਾਬ ਵਿੱਚ ਲਿਖਦੇ ਹਨ ਕਿ ਜਦੋਂ ਮੈਂ ਸੈਨਾ ਮੁਖੀ ਦੀ ਇਹ ਗੱਲ ਸੁਣੀ ਤਾਂ ਮੈਂ ਹੈਰਾਨ ਰਹਿ ਗਿਆ ਸਾਡੇ ਫੋਨ ਤੇ ਬੜੀ ਤਿੱਖੀ ਬਹਿਸ ਹੋਈ ਮੈਂ ਮਿਸਟਰ ਚੌਧਰੀ ਨੂੰ ਇਹ ਹੁਕਮ ਮੰਨਣ ਤੋਂ ਸਾਫ਼-ਸਾਫ਼ ਮਨਾ ਕਰ ਦਿੱਤਾ ਅਗਲੇ ਦਿਨ ਸਪੈਸ਼ਲੀ ਮੈਨੂੰ ਮਿਲਣ ਲਈ ਮਿਸਟਰ ਚੌਧਰੀ 에ਅਰ ਫੋਰਸ